ਅਮਰ ਰਹੇ, ਅਮਰ ਰਹੇ, ਅਮਰ ਰਹੇ। ਸਾਹਿਬ ਜੀ ਗ੍ਰੰਥ ਸ਼੍ਰੀ ਰਾਮ ਜੀ ਅਮਰ ਰਹੇ, ਅਮਰ ਰਹੇ, ਅਮਰ ਰਹੇ। ਤਤ ਬਦਲਦਾ ਤਾਜ ਬਦਲਦਾ, ਬੇਈਮਾਨਾਂ ਦਾ ਰਾਜ ਬਦਲਦਾ। ਤਤ ਬਦਲਦਾ ਤਾਜ ਬਦਲਦਾ, ਬੇਈਮਾਨਾਂ ਦਾ ਰਾਜ ਬਦਲਦਾ। ਲੋਕ ਸਭਾ ਹਲਕਾ ਜਲੰਧਰ ਤੋਂ ਬਸਪਾ ਅਤੇ ਪੀਡੀਏ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਫਲੌਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਰੁੜਕਾ ਕਲਾਂ ਤੋਂ ਮੋਟਰਸਾਈਕਲ ਸ਼ੋਅ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਭਾਰਤ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਸ਼ੁਰੂ ਹੋਈ ਇਹ ਰੈਲੀ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਫਲੌਰ ਵਿਖੇ ਪਹੁੰਚੀ। ਇਸ ਦੌਰਾਨ ਬਲਵਿੰਦਰ ਕੁਮਾਰ ਨੇ ਸਮੂਹ ਵੋਟਰਾਂ ਨੂੰ ਹਾਥੀ ਦੇ ਨਿਸ਼ਾਨ ਉੱਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਵਿੱਚ ਤੀਜਾ ਬਦਲ ਲਿਆਂਦਾ ਜਾ ਸਕੇ। ਸਤਿਯੋਗ ਸਾਥੀਓ, ਅੱਜ ਅਸੀਂ ਇੱਥੋਂ ਜਿਹੜਾ ਰੁੜਕਾ ਕਲਾਂ ਹਲਕਾ ਫਲੌਰ ਦੇ ਵਿੱਚ ਪੈਂਦਾ ਆ, ਅੱਜ ਅਸੀਂ ਇੱਥੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਔਰ ਇਹ ਜਿਹੜਾ ਰੋਡ ਸ਼ੋਅ ਆ ਵੱਖ ਵੱਖ ਪਿੰਡਾਂ 'ਚੋਂ ਹੁੰਦਾ ਹੋਇਆ ਜਿਹੜਾ ਫਲੌਰ ਦੇ ਵਿੱਚ ਸਮਾਪਤ ਹੋਏਗਾ, ਜਿੱਥੇ ਅਸੀਂ 12-1 ਵਜੇ ਦੇ ਕਰੀਬ ਜਿਹੜੀ ਆ ਇੱਕ ਚੋਣ ਜਲਸਾ ਰੱਖਿਆ ਗਿਆ, ਜਿਸ ਨੂੰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਇਸ਼ਪਾਲ ਸਿੰਘ ਰਾਜੂ ਜੀ ਔਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਔਰ ਹੋਰ ਜਿਹੜੇ ਆਪਣੇ ਸ਼੍ਰੀ ਮੰਗਲ ਰਾਮ ਜੀ ਪਾਸਲਾ ਜੀ ਜੋ ਆਲ ਇੰਡੀਆ ਦੇ ਜਨਰਲ ਸੈਕਟਰੀ ਆ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ, ਉਹ ਸਾਰੇ ਲੀਡਰ ਜਿਹੜੇ ਪਹੁੰਚਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਲੀਡਰ ਅਤੇ ਵਰਕਰ ਹਾਜ਼ਰ ਸਨ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।